ਅਸਲਾਮ ਅਲੈਕਮ ਦੋਸਤੋ ਕੀ ਹਾਲ ਚਾਲ ਨੇ ਜਨਾਬ ਤੁਸੀਂ ਵੇਖਦੇ ਹੋ ਅਰਸ਼ਦ ਅਲੀ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਅਰਸ਼ਦ ਅਲੀ ਜੋ ਯਾਤ ਜਨਾਬ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਹਰ ਰੋਜ਼ ਜਨਾਬ ਕੋਸ਼ਿਸ਼ ਕਰਨਾ ਕਿ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂ ਤੇ ਜਨਾਬ ਇੱਕ ਮਾਇਦੀ ਵੀਡੀਓ ਲੈ ਕੇ ਆਇਆ ਤਾਜ਼ੀ ਸੁਈਏ ਉਹ ਬਖਾਵਾਂਗਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਬਟਨ ਨੂੰ ਕਰਨਾ ਹੈ ਪ੍ਰੈਸ ਤਾਂ ਕਿ ਜਨਾਬ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚਦਾ ਰਹੇ ਤੇ ਜਨਾਬ ਤੁਸੀਂ ਉਹ ਵੇਖਦੇ ਰਹੋ ਬਾਕੀ ਗੱਲਾਂ ਕਰਦਾ ਨਾ ਲੈਣੇ ਦੇਣੇ ਜਨਾਬ ਮੁਕੱਦਰ ਹੁੰਦੇ ਨੇ ਅਰਸ਼ਦ ਅਲੀ ਟੀਵੀ ਚੈਨਲ ਜ ਬੈੜ ਵਿਖਾਉਂਦਾ ਔਰ ਸਫਰ ਕਰਕੇ ਜਨਾਬ ਤੁਹਾਡੇ ਵਾਸਤੇ ਚੀਜ਼ਾਂ ਪਾਈਆਂ ਜਾਂਦੀਆਂ ਨੇ ਇਸ ਮੱਝ ਦਾ ਜਨਾਬ ਜੋ ਹਸਾਬ ਕਿਤਾਬ ਹੈ ਇਹ ਸਾਰੀ ਗੱਲ ਜਨਾਬ ਮਾਲਕ ਨਾਲ ਕਰਾਂਗੇ ਤੇ ਇਹਨੂੰ ਸਵਾਰ ਕੇ ਕੈਮਰਾਮੈਨ ਸਾਹਿਬ ਵਿਖਾਓ ਤੇ ਮੈਂ ਇਸ ਮੱਝ ਦੀਆਂ ਕਰਨਾ ਗੱਲਾਂ ਮਾਲਕ ਨਾਲ ਤੇ ਤੁਸੀਂ ਇਹਨੂੰ ਚਾਰ ਚਫੇਰਾਂ ਤਸੱਲੀ ਨਾਲ ਵਿਖਾਉਣਾ ਹੈ ਤਸੱਲੀ ਨਾਲ ਵਿਖਾ ਦਿਓ ਤਸੱਲੀ ਨਾਲ ਅਸਲਾਮੁਅਲੈਕਮ ਭਾਜੀ ਵਾਲੇਕਮ ਸਲਾਮ ਜੀ ਲੋ ਭਾਜੀ ਗੱਲ ਇਹ ਵੀ ਆ ਮੱਝ ਆਪਣੀ ਕੈਮਰਾ ਵਾਲਾ ਵਖਾਂਦਾ ਫਿਰਦਾ ਜਨਾਬ ਤੁਸੀਂ ਇੰਨੀ ਗੱਲ ਲਸਣੀ ਹੈ ਵੀ ਇਹ ਮੱਝ ਕਿਨਵਾ ਸੁਬਾ ਸੋਈਏ ਤੇ ਇਹਦੇ ਮਗਰ ਕੀ ਹੈ ਇਹ ਜੀ ਸੁਵਾ ਦੂਸਰਾ ਸੁਈ ਦੇ ਮਗਰ ਇਹਦਾ ਕੱਟਾ ਹੈ ਜੀ ਠੀਕ ਹੋ ਗਿਆ ਜੀ ਦੂਸਰਾ ਸੁਬਾ ਸੁਈ ਹੈ ਮਗਰ ਜਨਾਬ ਕੱਟਾ ਲਈ ਫਿਰਦੀ ਹੈ ਮੱਝ ਤੇ ਸੁਈ ਨੂੰ ਕਿੰਨੇ ਦਿਨ ਹੋਏ ਨਾ ਭਾਜੀ ਸੁਈ ਨੂੰ ਅੱਜ ਪੰਜਵਾਂ ਦਿਨ ਹੈ ਜੀ ਠੀਕ ਹੋ ਗਿਆ ਜੀ 5 ਦਿਨ ਹੋ ਗਿਆ ਸੋਈ ਨੂੰ ਜਨਾਬ ਮੱਝ ਨੂੰ ਮਗਰ ਇਹਦੇ ਕੱਟਾ ਸੁਬਾ ਸੋਈ ਹੈ ਦੂਸਰਾ ਪਿਓਰ ਨੀਲੀ ਬਾੜ ਦੀ ਜਨਾਬ ਮੱਝ ਤੁਹਾਨੂੰ ਬੁਖਾਰ ਆ ਬਿੱਲੀਆਂ ਅੱਖਾਂ ਨੇ ਜਨਾਬ ਸਿੰਗਲ ਅੱਡੀ ਦੀ ਮੱਝ ਹੈ ਬਾਕੀ ਜੋ ਸਾਹਬ ਕਿਤਾਬ ਹੈ ਮੇਰੇ ਕੈਮਰੇ ਦੀ ਨਜ਼ਰ ਹੈ ਤੇ ਭਾਜੀ ਗੱਲ ਇਹ ਵੀ ਤੁਸੀਂ ਹੁਣੇ ਗੱਲ ਕਰਦੇ ਪੈ ਜੇ ਕਿ ਇਹਨੂੰ ਸੋਈ ਨੂੰ ਜਨਾਬ ਹੋ ਗਿਆ ਨਾ 5 ਦਿਨ ਮਗਰ ਇਹਦੇ ਕੱਟਾ ਤੇ ਜਿਹੜਾ ਉਹਨੇ ਹਾਜ਼ਰ ਵਕਤ ਦੁੱਧ ਕਰਦੀ ਪੀ ਮੱਝ ਉਹ ਕਿੰਨਾ ਦੇਟ ਹਾਜ਼ਰ ਵਕਤ ਦੁੱਧ ਮੈਂ ਆਪਣੀ ਕਰਦੀ ਪੀ ਜੀ 15 16 15 ਲੀਟਰ ਪੱਕਾ ਠੀਕ ਹੈ ਜਗਰਨ ਚੋੜ ਮੈਂ ਚੋਈ ਇਹ ਮੋੜ 17 18 ਲੇਗਲ ਪੱਕਾ ਦੋ ਜਿਹੜਾ ਜੇ ਆਪਾਂ ਬੱਚਿਆਂ ਛੱਡ ਤੇ ਚੋਂਦੇ ਪਹਿਲੇ 15 ਲੀਟਰ ਦੋ ਟਾਈਮਾਂ ਨਾਲ ਚੋਂਦੇ ਪੈ ਜੀ ਠੀਕ ਹੋ ਗਿਆ ਜੀ ਯਾਨੀ ਕਿ ਸਾਰੀ ਮੱਝ ਚੋਈਏ ਤੇ 16 17 ਲੀਟਰ ਇਹਦੇ ਦੁੱਧ ਹੈਗਾ ਤੇ ਜੇ ਨਚੋੜ ਮੱਝ ਜਿਹੜੀ ਆਪਣੀ ਹੈ ਬੱਚੇ ਨੂੰ ਛੱਡ ਕੇ ਮੱਝ ਹੋਈਏ ਤੇ 15 ਲੀਟਰ ਦੁੱਧ ਦੇ ਹੇਠ ਹਾਜ਼ਰ ਵਕਤ ਹੈ ਹਾਂਜੀ 15 ਲੀਟਰ ਜੀ ਠੀਕ ਹੋ ਗਿਆ ਜੀ ਇੱਕ ਗੱਲ ਹੋਰ ਦੱਸਣੀ ਭਾਜੀ ਥਣ ਛੱਡੇ ਦੀ ਗਰੰਟੀ ਹੁੰਦੀ ਹੈ ਥਣ ਛੱਡੇ ਦੇ ਵਿੱਚ ਕੋਈ ਰੌਲਾ ਨਾ ਹੋਵੇ ਥਾਂ ਚ ਛੱਟਾ ਹੋਵੇ ਫੁਆਰਾ ਹੋਵੇ ਗੰਡ ਮਰੋੜੀ ਹੋਵੇ ਜਵਾਦਾ ਘਾਟਾ ਹੋਵੇ ਕਿਤੇ ਥਾਂ ਦਾ ਤੇ ਮੈਂ ਆਪਣੀ ਜਿੱਥੇ ਵੀ ਜਾਵੇ ਦੀ ਉੱਥੋਂ ਮੈਂ ਆਪਣੀ ਵਾਪਸ ਹੋਵੇ ਦੀ ਜੀ ਠੀਕ ਹੋ ਗਿਆ ਕਿਰਾਇਆ ਆਮਨ ਜਾਵਾਂ ਦਾ ਕਿਰਾਇਆ ਮੈਂ ਵਾਪਸ ਕਰਾਂ ਦਾ ਹਾਂਜੀ ਕੈਮਰੇ ਵਾਲਾ ਮੈਂ ਵਿਖਾਂਦਾ ਪਿਆ ਨਿੱਕੀ ਜੀ ਵੱਖੀ ਮੈਂ ਦੀ ਨਜ਼ਰ ਹੀ ਨਹੀਂ ਆ ਰਹੀ ਪਈ ਪਸ਼ਮ ਮੈਂ ਤੇ ਮਾਸ਼ਾਲ ਪੂਰੇ ਪਿੰਡੇ ਦੇ ਪਸ਼ਮ ਹੈ ਬਾਜ ਹੁੰਦਾ ਹੈਡ ਪੇਟੀ ਦੇ ਪਸ਼ਮ ਹੁੰਦੀ ਉੱਤੋਂ ਕੰਡਾ ਰੰਗੀਆਂ ਹੁੰਦੀਆਂ ਸਾਰੀਆਂ ਲੇਕਿਨ ਪੂਰੀ ਪਸ਼ਮ ਮੈਂ ਮੁੱਠ ਬਾਰ ਥਾਣੇ ਨਿੱਕੀ ਨਿੱਕੀ ਵੱਖੀ ਇੱਕ ਢੱਡੀ ਦੀ ਮੈਂ ਆਪਣੀ ਅੱਖਾਂ ਮੈਂਦੀ ਐਵੇਂ ਬਲਦੀ ਐ ਪਹਿਲੇ ਜਿਵੇਂ ਬਲ ਬਲਦੇ ਮਾਸ਼ਾਅੱਲਾ ਰਾਤੀ ਐਡੇ ਐਡੇ ਮੋਟੀ ਅੱਖ ਚਿੱਟੀ ਸਫੈਦ ਦੁਨੀ ਕੋੜੀ ਮੈਂ ਮਾਸ਼ਾਅੱਲਾ ਬੱਚੀ ਵੀ ਆਪਣੀ ਪਿਓਰ ਨੀਲੀ ਦੀ ਮੈਂ ਆਪਣੀ ਜੀ ਠੀਕ ਹੋ ਗਿਆ ਜੀ ਜਿਹੜੀ ਨੀਲੀ ਬਾਹਰ ਦੀ ਭਾਜੀ ਮੱਝ ਹੁੰਦੀ ਦੁੱਧ ਕਿੰਨਾ ਚਿਰ ਕਰਦੀ ਤੁਹਾਡੇ ਅੰਦਾਜ਼ੇ ਨੀਲੀ ਬਾਹਰ ਦੀ ਮੈਂ ਮਾਸ਼ਾਅੱਲਾ ਸੈਦੋ ਸਾਰਾ ਸਾਲ ਕਰ ਜਾਂਦੀ ਮੈਂ ਦੁੱਧ ਉਦੋਂ ਮੈਂ ਸੂਪ ਪੈਂਦੀ ਐ ਉਦੋਂ ਮਿਲਦੀ ਹੁੰਦੀ ਮੈਂ ਅੱਗੋਂ ਮੈਂ ਦੁਬਾਰਾ ਮੁਰ ਸੂਪ ਬਣੇ ਕਿ ਇਹ ਦੇ ਵਿੱਚ ਮੈਂ ਨਵੀ ਹੋ ਜਾਂਦੇ ਨੇ ਜੂਨੀਆਂ ਠੀਕ ਹੋ ਗਿਆ ਜੀ ਹੁਣ ਤੁਸੀਂ ਇਹ ਗੱਲ ਕਰਦੇ ਪਾਜੇ ਕਿ ਦੂਜਾ ਸੁਹਾ ਮੈਂ ਸੂਈਏ ਪੱਕਾ ਜਿਹੜਾ ਦੁੱਧ ਦੇਂਦੇ ਇੱਥੇ ਬੱਚੇ ਨੂੰ ਛੱਡ ਕੇ 15 ਲੀਟਰ ਏ ਸਾਰਾ ਚੋਈਏ ਤੇ 16 17 ਲੀਟਰ ਕਰਦੀ ਪਈਏ ਹਾਂ ਜੀ ਨੀਰਾ ਮੈਂ ਹੀ ਨਹੀਂ ਆਣਾ ਜੀ ਵੀ ਦੂਜਾ ਸੁਹਾ ਸੂਈਏ ਜਿਹੜਾ ਵੀਰ ਭਰਾ ਮਰਜੀ ਮੈਂ ਵੇਖ ਲਵੇ ਕੈਮਰੇ ਜੀ ਮੈਂ ਨਹੀਂ ਗਿਆ ਆਂਦੀ ਪਈ ਉੱਤੇ ਵੀ ਕੋਈ ਵੀਰ ਭਰਾ ਆਵੇ ਤਾਂ ਆਪਾਂ ਨੂੰ ਕੋਈ ਨਰਾਜ਼ਗੀ ਨਹੀਂ ਕੋਈ ਇਹ ਭਰਾ ਨਾ ਆਖੇਦਾ ਵੀ ਇਹ ਮੈਂ ਦੂਜਾ ਸੁਹਾ ਨਹੀਂ ਸੂਈ ਵੀ ਨੀਰਾ ਮੈਂ ਨਹੀਂ ਆਂਦਾ ਪਿਆ ਮੈਂ ਵੀ ਨਜ਼ਰ ਆਂਦੀ ਪਈ ਜੀ ਕੀ ਹੋ ਗਿਆ ਜੀ ਤੇ ਥਾਂ ਚੜਦੇ ਜਨਾਬ ਗਰੰਟੀ ਅਸ਼ਰਾਲੀ ਟੀਵੀ ਚੈਨਲ ਜਨਾਬ ਤੁਹਾਨੂੰ ਲੈ ਕੇ ਦਿੰਦਾ 15 ਲੀਟਰ ਦੁੱਧ ਮੱਝ ਤੋਂ ਕਰਦੀ ਪਈਏ ਬੱਚੇ ਨੂੰ ਛੱਡ ਕੇ ਦੂਜਾ ਸਵੇਰ ਮੱਝ ਸੁੱਈਏ ਪਿਆ ਔਰ ਨੀਲੀ ਬਾੜ ਦੀ ਮੱਝ ਹੈ ਜਨਾਬ ਤੇ ਇਹਦੇ ਜਿਹੜੀ ਫਾਈਨਲ ਪ੍ਰਾਈਜ਼ ਹੈ ਉਹ ਜਨਾਬ ਤੁਹਾਨੂੰ ਮਾਲਕ ਤੋਂ ਪੁੱਛ ਕੇ ਦੇ ਰਿਆਂ ਤੇ ਭਾਜੀ ਗੱਲ ਇਹ ਵੀ ਇਸ ਮੱਝ ਦੇ ਨੂੰ ਫਾਈਨਲ ਜਿਹੇ ਪੈਸੇ ਦੱਸਣੇ ਨੇ ਇਸ ਮੈਂ ਦੇ ਜੀ ਮੰਗ ਨੂੰ ਮੰਗ ਲਈ ਜਿੰਨੇ ਮਰਜ਼ੀ 4 ਲੱਖ ਮੰਗ ਲਈਏ 4.5 ਮੰਗ ਲਈਏ ਲੇਕਿਨ ਨਹੀਂ ਆਪਾਂ ਮਨਾਸੂਜਾ ਮੁੱਲ ਲੈਣਾ ਹੈ ਵੀ ਜਿਹੜਾ ਮੈਂ ਆਪਾਂ ਵੇਚ ਨਹੀਂ ਰੱਖਣੀ ਕੋਣੀ 3 ਲੱਖ ਤੇ 40 ਹਜ਼ਾਰ ਰੁਪਿਆ ਠੀਕ ਹੋ ਗਿਆ ਜੀ 340000 ਰੁਪਇਆ ਤੇ ਇਹਦੇ ਵਿੱਚ ਭਾਜੀ ਆਪਾਂ ਨੂੰ ਕੁਛ ਮਾੜਾ ਮੋਟਾ ਪਿਆਰ ਮੁਹੱਬਤ ਵੀ ਕਰਨਾ ਪਏਗਾ ਪਿਆਰ ਮੁਹੱਬਤ ਜੀ ਅੱਗੇ ਤੋਂ ਅੰਦਾਜ਼ਾ ਵੀ 4 ਲੱਖ ਮੰਗ ਲਈਏ ਜਰਜਫਾ ਮਾਰਤ ਬੈ ਜੇ ਮਰਦਾ ਯਾਰ ਛੜੀਏ ਚਾ ਰੁਕ ਫਾਇਦਾ ਮੁੱਲ ਤਾਂ ਅੱਗੇ ਮناسب ਜਿਹਾ ਕੀਤਾ ਲੇਕਿਨ ਆਪਾਂ ਪਿਆਰ ਮੁਹੱਬਤ ਕਰ ਲਵਾਂਦੇ ਥੋੜਾ ਗਣਾ ਠੀਕ ਹੋ ਗਿਆ ਜੀ ਤੁਸੀਂ ਕਰ ਲੈਣਾ ਦੂਜਾ ਸਵੇਰ ਮੈਂ ਸੂਈਏ ਜਨਾਬ ਮਗਰ ਕਟਾ ਲਈ ਫਿਰਦੀ ਏ 15 ਲੀਟਰ ਦੁੱਧ ਦੇਂਦੇ ਹੈठे ਜਨਾਬ ਤੇ ਆਪਣਾ 16 17 ਲੀਟਰ ਇਹਦੇ ਸਾਰੀ ਏਟੇ ਅਗਰ ਬੱਚੇ ਨੂੰ ਜਨਾਬ ਫੀਡਰ ਤੇ ਰੱਖੀਏ ਤੇ 3 ਲੱਖ ਤੇ 40000 ਰੁਪਇਆ ਵਿੱਚ ਪਿਆਰ ਮਹੱਬਤ ਜਨਾਬ ਤੇ ਜਿਹੜਾ ਮੇਰਾ ਨੰਬਰ ਹੁੰਦਾ ਉਹ ਹੁੰਦਾ ਜਨਾਬ 037292728 0307292728 ਜਨਾਬ ਮੇਰੇ WhatsApp ਤੇ ਇਹ ਮਾਦਾ ਨੰਬਰ ਹੁੰਦਾ ਤੇ ਇਹ ਜਨਾਬ ਆਪਣਾ ਪਰਵੇਜ਼ ਭਾਈ ਪ੍ਰਵੇਜ਼ ਨੇ ਜਨਾਬ ਇਹਨਾਂ ਦਾ YouTube ਤੇ ਚੈਨਲ ਹੈ ਜਨਾਬ ਆਪਣਾ ਸਮਾ ਐਨੀਮਲ ਟੀਵੀ ਇਹ ਜਨਾਬ ਤੁਹਾਡੇ ਵਾਸਤੇ ਮਿਹਨਤਾਂ ਕਰਦੇ ਨੇ YouTube ਤੇ ਸਰਚ ਕਰਕੇ ਜਨਾਬ ਇਹਨਾਂ ਦਾ ਚੈਨਲ ਦਾ ਵਿਜ਼ਿਟ ਕਰ ਸਕਦੇ ਹੋ ਔਰ ਤੁਹਾਡੇ ਵਾਸਤੇ ਮਿਹਨਤਾਂ ਕਰਦੇ ਨੇ ਜਨਾਬ ਸਮਾ ਐਨੀਮਲ ਟੀਵੀ ਦੇ ਨਾਂ ਤੇ ਇਹਨਾਂ ਦਾ ਚੈਨਲ ਹੈ ਤੇ ਉਹ ਜਨਾਬ ਆਪਣਾ ਜਿਹੜਾ ਤੁਸੀਂ ਇਹਨੂੰ ਰਿਸਰਚ ਕਰੋਗੇ ਤੇ ਸਾਹਮਣੇ ਆਏਗਾ ਤੇ ਇਹਦੇ ਚੈਨਲ ਤੇ ਜਨਾਬ ਇਹਦੀ ਹੈਲਪ ਜ਼ਰੂਰ ਕਰਨੀ ਹੈ ਬਾਕੀ ਮਾ ਸਬਸਕ੍ਰਾਈਬਰ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਨੇ ਜਨਾਬ ਇਸ ਬੰਦੇ ਦੀ ਹੈਲਪ ਕਰਨੀ ਹੈ ਸਮਾ ਐਨੀਮਲ ਟੀਵੀ ਹੈ ਜਨਾਬ ਇਹਨਾਂ ਦਾ ਚੈਨਲ ਮਿਹਨਤਾਂ ਕਰਦਾ ਜਨਾਬ ਤੁਹਾਡੇ ਵਾਸਤੇ ਬਾਕੀ ਦਾ ਚੈਨਲ ਤੇ ਜਨਾਬ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਜੇ ਤੇ ਨੰਬਰ ਜਨਾਬ ਮੈਂ ਦੱਸਦਾ ਤੇ ਉਮੀਦ ਕਰਾਂਗਾ ਕਿ ਮੇਰੀ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਵੇਗੀ ਅਗਲੀ ਵੀਡੀਓ ਵੇਖਣ ਵਾਸਤੇ ਜਨਾਬ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਕਰਨਾ ਹੈ ਪ੍ਰੈਸ ਤਾਂ ਕਿ ਜਨਾਬ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ ਤੇ ਤੁਸੀਂ ਉਹ ਵੀਡੀਓ ਵੇਖ ਸਕੋ ਮਿਲਾਂਗੇ ਜਨਾਬ ਅਗਲੀ ਨਵੀਂ ਵੀਡੀਓ ਦੇ ਵਿੱਚ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ